ਕਿ ਬੂਟਾ ਸਿੰਘ ਬੁੱਧਗਿਆ ਇਲੈਕਸ਼ਨ ਲੜਨ ਨੂੰ ਪੂਰੇ ਤਿਆਰ ਸੀਗੇ? ਮੈਂ ਕਹਿੰਦਾ ਸਬੂਤ ਦੇਵਾਂਗੇ, ਹਾਂ ਤਿਆਰ ਸੀਗੇ। ਉੱਥੇ ਰਾਜੇਵਾਲ ਸਾਹਿਬ ਵੀ ਆਏ ਹੋਏ ਸੀ, ਸਾਡੇ ਸਤਿਕਾਰਯੋਗ ਨੇ, ਸਾਡੇ ਸਿਆਸੀ ਮਤਭੇਦ ਹੋ ਸਕਦੇ ਨੇ, ਪਰ ਮੇਰੇ ਮੂੰਹੋਂ ਉੱਥੇ ਨਿਕਲ ਗਈ ਗੱਲ ਵੀ ਤੁਸੀਂ ਤਾਂ ਕਹਿੰਦੇ 16 ਦੀ ਮੀਟਿੰਗ ਹੈ, ਵੀ ਜਿਹੜੇ ਆਹ ਮਤਲਬ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਜਿੱਤ ਰਹੇ ਉਹ ਵੀ ਬੈਠੇ ਨੇ, ਉਹ ਇਸ ਗੱਲ ਦੀ ਤਰਕ ਮੰਨ ਕੇ ਮਤਲਬ ਮੈਂ ਕਹੂੰਗਾ ਵੀ ਰੋਂਦੇ ਹੋਏ ਬਾਹਰ ਨਿਕਲ ਗਏ। ਚੱਲ ਦੁਬਾਰੇ ਮੋੜ ਕੇ ਲਿਆਂਦੇ, ਜੋ ਦੁਬਾਰੇ ਮੋੜ ਕੇ ਲਿਆਂਦੇ ਤਾਂ ਹੁਣ ਜਿਹੜੇ ਕਹਿੰਦੇ ਆ ਸਾਨੂੰ ਸਬੂਤ ਦਿਓ, ਮੈਂ ਸਬੂਤ ਦੇਣ ਲੱਗਿਆ। ਰਾਜੇਵਾਲ ਸਾਹਿਬ ਵੀ ਜਿਉਂਦੇ ਆ, ਜਿਹਨਾਂ ਨੇ ਗੱਲ ਸੁਣੀ ਉਹ ਵੀ ਜਿਉਂਦੇ ਨੇ। ਰਾਜੇਵਾਲ ਸਾਹਿਬ ਬੋਲਦੇ ਨੇ, ਉਹ ਖੜਾ ਹਰਮੀਤ ਕਾਦੀਆਂ, ਹਰਮੀਤ ਕਾਦੀਆਂ ਨੇ ਮੇਰੇ ਮੁੰਡੇ ਨਾਲ ਗੱਲ ਕਰਕੇ 35 ਸੀਟਾਂ ਆਪ ਵਾਲਿਆਂ ਤੋਂ ਦਵਾਈਆਂ, ਸਾਡਾ ਸਮਝੌਤਾ ਹੋ ਗਿਆ ਸੀ। ਅਤੇ ਮੁੱਖ ਮੰਤਰੀ ਦਾ ਕੈਂਡੀਡੇਟ ਬਲਵੀਰ ਸਿੰਘ ਰਾਜੇਵਾਲ ਸੀ, ਮੁੜ ਕੇ ਉਹਨੇ ਇਹ ਗੱਲ ਕਹੀ। ਇੱਧਰ ਬੈਠੇ ਸੀ ਚਾਰ ਆਗੂ, ਇੱਕ ਕੁਲਵੰਤ ਸੰਧੂ, ਰੋਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਇੱਕ ਆਗੂ ਹੋਰ ਸੀ, ਮੈਨੂੰ ਹੁਣ ਦਿਮਾਗ 'ਚ ਨਹੀਂ, ਮੈਂ ਝੂਠ ਨਹੀਂ ਬੋਲ ਸਕਦਾ। ਇਹਨਾਂ ਕਨੀ ਹੱਥ ਕਰਕੇ ਕਹਿੰਦਾ ਇਹਨਾਂ ਦਾ ਬੇੜਾ ਬੈਠਾ, ਪੰਜਾਬੀ 'ਚ ਉਹਨੇ ਕਿਹਾ ਵੀ ਇਹਨਾਂ ਦਾ ਬੇੜਾ ਬੈਠਾ। ਇਹ ਕਹਿੰਦੇ ਸੀ SSM ਬਣਾ, ਫਿਰ ਬੂਟਾ ਸਿੰਘ ਬੁਰਜਗਿੱਲ SSM ਬਣਾਉਣ 'ਚ ਹੈ ਨਹੀਂ, ਮਗਰੋਂ ਕਹਿੰਦਾ ਪੌੜੀ ਖਿੱਚ ਲਈ। ਪਰ ਸਾਡਾ ਰੌਲਾ ਇਸ ਗੱਲ 'ਤੇ ਹੈ ਵੀ ਸੰਯੁਕਤ ਸਮਾਜ ਮੋਰਚਾ ਬਣਾ ਕੇ ਕਿਸਾਨ ਜਥੇਬੰਦੀਆਂ ਨੂੰ ਉਹਦੇ 'ਚ ਮਤਲਬ ਜਿਹੜਾ ਉਹ ਸਾਡਾ ਮੋਰਚੇ ਦੀ ਮਲਾਈ ਸੀਗੀ ਉਹ ਲਾਉਣ ਨੂੰ ਫਿਰਦੀ ਬੂਟਾ ਸਿੰਘ ਬੁਰਜਗਿੱਲ ਹੋਣੀ, ਸਾਡੀ ਜਥੇਬੰਦੀ ਉਹਦੀ ਭੇਟ ਕਿਉਂ ਚੜ੍ਹੇ? ਤੁਹਾਡੇ ਕਹਿਣ ਦਾ ਮਤਲਬ ਇਹ ਕਿ ਬੂਟਾ ਸਿੰਘ ਬੁਰਜਗਿੱਲ ਨੂੰ ਏਜੰਸੀਆਂ ਨੇ ਵਰਤਿਆ? ਹਾਂ ਵਰਤਿਆ, ਇਹ 'ਚ ਕੋਈ ਰੌਲਾ ਜੀ? ਇਹਦਾ ਸਬੂਤ ਪਿਆ, ਇਹ ਮੈਨੂੰ ਦੱਸਣ ਨਾ ਕਿਹੜੇ ਸੰਵਿਧਾਨ 'ਚ ਲਿਖਿਆ ਹੋਇਆ ਵੀ ਇੱਕ ਸਟੇਜ 'ਤੇ ਖੜ੍ਹ ਕੇ ਕਹਿ ਰਹੇ ਵੀ ਆਹ ਵੀ ਕੱਢਤਾ ਬਾਗੀ ਹੋ ਗਿਆ ਜਥੇਬੰਦੀ ਤੋਂ, ਆਹ ਵੀ ਕੱਢਤਾ ਬਾਗੀ ਹੋ ਗਿਆ, ਬਾਂਹ ਖੜੀ ਕਰਕੇ ਬਹਾਲ ਕਰਤਾ ਸੀ, 7 ਮੈਂਬਰੀ ਕਮੇਟੀ ਬਣਾਈ ਹੋਈ ਬਠਿੰਡੇ ਦੀ ਉਹ ਬਣਾਉਣ ਵਾਸਤੇ ਇਨਕੁਆਇਰੀ, ਜੇ ਤਾਂ 6 ਲੱਖ ਦਾ ਉੱਥੇ ਗਮਨ ਆਇਆ ਬੰਦੇ ਉੱਤੇ ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ 'ਤੇ, ਉੱਥੇ ਪ੍ਰਧਾਨ ਹਾਂ ਬਾਂਹ ਖੜੀ ਕਰਕੇ ਕਹਿੰਦਾ ਨਾ ਇਹ ਤਾਂ ਬਹਾਲ ਆ, ਕੋਈ ਲੋੜ ਨਹੀਂ 7 ਮੈਂਬਰੀ ਕਮੇਟੀ ਦੀ, ਉਹ ਕਿਹੜੇ ਸੰਵਿਧਾਨ ਦੀ ਰਾਖੀ ਹੋਈ ਸੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਰਕਾਰ ਮੀਡੀਆ ਦੇ ਨਾਲ ਜੁੜਿਓ ਅਤੇ ਮੈਂ ਹਾਂ ਰਣਜੀਤ ਸਿੰਘ ਜੰਗੀਆਂ ਨਾਲ। ਭਾਰਤੀ ਕਿਸਾਨ ਏਕਤਾ ਡਕਾਉਂਦਾ ਜਥੇਬੰਦੀ ਦੇ ਵਿੱਚ ਕਾਫੀ ਚਰਚਾਵਾਂ ਚੱਲਦੇ ਨੇ। ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਇੱਕ ਮੀਟਿੰਗ ਬਣਾਉਂਦੇ ਨੇ ਜਿਹਦੇ ਵਿੱਚ ਕੁਝ ਆਗੂਆਂ ਨੂੰ ਬਾਹਰ ਕੀਤਾ ਜਾਂਦਾ, ਜਿਹਦੇ ਵਿੱਚ ਮਨਜੀਤ ਧਨੇਰ ਅਤੇ ਹਰਨੇਕ ਸਿੰਘ ਮਹਿਮਾ ਵੀ ਹੁੰਦੇ ਨੇ। ਉਸ ਤੋਂ ਬਾਅਦ ਕਾਫੀ ਚਰਚਾਵਾਂ ਮੀਡੀਆ ਦੇ ਵਿੱਚ ਚੱਲਦੀਆਂ ਨੇ, ਤਾਂ ਉਸ ਤੋਂ ਬਾਅਦ ਹੁਣ ਇੱਕ ਮੀਟਿੰਗ ਜਿਹੜੀ ਬੁਲਾਈ ਜਾਂਦੀ ਆ, ਮਨਜੀਤ ਸਿੰਘ ਧਨੇਰ ਅਤੇ ਹਰਨੇਕ ਸਿੰਘ ਮਹਿਮਾ ਵੀ ਉਹਦੇ ਵਿੱਚ ਹੁੰਦੇ ਨੇ, ਅਤੇ ਉਹ ਬੂਟਾ ਸਿੰਘ ਬੁਰਜਗਿੱਲ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ, ਉਹਨਾਂ ਦੇ ਨਾਲ ਕੁਝ ਹੋਰ ਅੱਗੋਂ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ। ਸਾਡੇ ਨਾਲ ਮਨਜੀਤ ਸਿੰਘ ਧਨੇਰਾ, ਉਹਨਾਂ ਨਾਲ ਗੱਲਬਾਤ ਕਰਾਂਗੇ, ਮੀਟਿੰਗ ਬੁਲਾਈ ਆ, ਕਿਹੜੇ ਕਿਹੜੇ ਆਗੂਆਂ ਨੂੰ ਬਾਹਰ ਕੀਤਾ, ਅਤੇ ਇਹ ਜਿਹੜਾ ਸਾਰਾ ਪਸਾਰਾ ਜਾਂ ਕਾਠੂ ਕਲੇਸ਼ ਜਿਸ ਦਿਨ ਪਿਆ ਹੋਇਆ ਇਹਦਾ ਕੀ ਕਾਰਨ ਹੈ, ਇਸਨੂੰ ਕਿਸੇ ਕਿਵੇਂ ਇਕੱਠਾ ਕੀਤਾ ਜਾ ਸਕਦਾ ਕਿ ਦੁਬਾਰਾ ਜਥੇਬੰਦੀ ਇਕੱਠੀ ਹੋ ਸਕਦੀ ਆ ਜਾਂ ਇੱਕ ਅਲੱਗ ਜਥੇਬੰਦੀ ਬਣੇਗੀ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਪ੍ਰਧਾਨ ਜੀ ਮੌਜੂਦ, ਇਹਨਾਂ ਨੂੰ ਪਹਿਲਾਂ ਸਵਾਗਤ ਕਰਨਾ। ਪ੍ਰਧਾਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤਾਂ ਪ੍ਰਧਾਨ ਜੀ, ਇੱਕ ਪਹਿਲਾਂ ਬੂਟਾ ਸਿੰਘ ਬੁਰਜਗਿੱਲ ਜੀ ਇੱਕ ਮੀਟਿੰਗ ਸੱਦਦੇ ਨੇ ਜਿਹਦੇ ਵਿੱਚ ਤੁਹਾਨੂੰ, ਮਨਜੀਤ ਸਿੰਘ ਧਨੇਰ ਅਤੇ ਹਰਨੇਕ ਸਿੰਘ ਮਹਿਮਾ ਜੀ ਤੁਹਾਡੇ ਨਾਲ ਕੁਝ ਹੋਰ ਅੱਗੋਂ ਨੂੰ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ? ਸਾਨੂੰ ਜਦੋਂ ਕੱਢਿਆ ਕੋਈ ਮੀਟਿੰਗ ਨਹੀਂ ਸੱਦੀ, ਸਾਨੂੰ ਸਟੇਜ ਤੋਂ ਕੱਢਤਾ, ਸਟੇਜ ਤੋਂ ਐਲਾਨ ਕਰ ਦਿੱਤਾ, ਸਟੇਜ ਤੋਂ ਐਲਾਨ ਕਰਤਾ, ਕੋਈ ਮੀਟਿੰਗ ਨਹੀਂ, ਕੋਈ ਮੀਟਿੰਗ ਨਹੀਂ ਸੱਦੀ ਗਈ। ਤਾਂ ਉਸ ਤੋਂ ਬਾਅਦ ਹੁਣ ਤੁਹਾਡੇ ਵਾਲਾ ਇੱਕ ਮੀਟਿੰਗ ਸੱਦੀ ਗਈ ਜਾਂ ਆਪਾਂ ਜਿਹਨੂੰ ਜਨਰਲ ਕੌਂਸਲ ਕਹਿ ਦਿੰਦੇ ਹਾਂ, ਤਾਂ ਉਹਦੇ ਵਿੱਚ ਕਿਹੜੇ ਕਿਹੜੇ ਅੱਗੋਂ ਨੂੰ ਤੁਸੀਂ ਬਾਹਰ ਕੱਢ ਰਸਤਾ ਦਿਖਾਇਆ ਗਿਆ? ਉਹਦੇ 'ਚ ਅਸੀਂ ਜੋ ਸਾਨੂੰ ਲੱਗਿਆ ਵੀ ਜਿਹੜਾ ਗੁੱਟ ਬਣ ਕੇ ਅਸਲ 'ਚ ਜਥੇਬੰਦੀ ਦੀ ਮਤਲਬ ਦੋ ਫੜ ਕਰਨ 'ਤੇ ਤੁਲਿਆ, ਪਿਛਲੇ ਅਸੀਂ 7-8 ਮਹੀਨਿਆਂ ਤੋਂ ਦੇਖ ਰਹੇ ਹਾਂ, ਉਹ 'ਚ ਬੂਟਾ ਸਿੰਘ ਬੁਰਜਗਿੱਲ, ਗੁਰਮੀਤ ਸਿੰਘ ਪਟਿਆਲ ਅਤੇ ਜਗਮੋਹਨ ਸਿੰਘ ਪਟਿਆਲਾ, ਦਰਸ਼ਨ ਸਿੰਘ ਉੱਗੋ, ਅਤੇ ਇੱਕ ਗੁੱਟ ਦਾ ਮੈਂਬਰ ਹੈਗਾ ਇਹਨਾਂ ਦਾ ਪਰਮਿੰਦਰ ਹੰਡਿਆਇਆ, ਅਤੇ ਆਪਣਾ ਮਹਿੰਦਰ ਸਿੰਘ ਕਮਾਲਪੁਰਾ ਲੁਧਿਆਣੇ ਜ਼ਿਲ੍ਹੇ ਦਾ ਪ੍ਰਧਾਨ, ਉਹਨਾਂ 6 ਨੂੰ ਅਸੀਂ ਖਾਰਜ। ਪਰ ਬੂਟਾ ਸਿੰਘ ਬੁਰਜਗਿੱਲ ਜੀ, ਤੁਹਾਡੀ ਇਸ ਜਿਹੜੀ ਮੀਟਿੰਗ ਤੁਸੀਂ ਜਨਰਲ ਕੌਂਸਲ ਦਾ ਜਿਹਨੂੰ ਨਾਂ ਦੇ ਰਹੇ ਹੋ, ਉਹਨੂੰ ਬਿਲਕੁਲ ਗੈਰ ਸੰਵਿਧਾਨਿਕ ਜਥੇਬੰਦੀ ਦਾ ਗੈਰ ਸੰਵਿਧਾਨਿਕ ਕਰਾਰ ਦੇ ਰਹੇ ਨੇ? ਬੂਟਾ ਸਿੰਘ ਬੁਰਜਗਿੱਲ ਨੂੰ ਲੱਗ ਸਕਦਾ ਵੀ ਗੈਰ ਸੰਵਿਧਾਨਿਕ ਹੋਵੇ, ਪਰ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ 3 ਬੰਦਿਆਂ ਨੇ, ਪੰਜਾਬ ਦੇ ਆਗੂਆਂ ਨੇ, ਕੁਲਵੰਤ ਕਿਸ਼ਨਗੜ੍ਹ, ਮਨਜੀਤ ਧਨੇਰ ਅਤੇ ਗੁਰਦੀਪ ਸਿੰਘ ਰਾਮਪੁਰਾ, ਉਸ ਟਾਈਮ ਮਤਲਬ ਬਲਵੰਤ ਸਿੰਘ ਉੱਪੜੀ ਆਸਟ੍ਰੇਲੀਆ ਗਏ ਹੋਏ ਸੀ ਬੱਚਿਆਂ ਕੋਲ, ਅਸੀਂ ਤਿੰਨਾਂ ਨੇ ਲਿਖ ਕੇ ਦਿੱਤਾ ਵੀ ਆਪਣੇ ਜਿਹੜੇ ਅੰਦਰੂਨੀ ਕਾਟੋ ਪਲੇਸ ਆ ਇਹਨੂੰ ਹੱਲ ਕਰਨ ਲਈ ਆਪਾਂ ਜਨਰਲ ਕੌਂਸਲ ਦੀ ਮੀਟਿੰਗ ਸੱਦੀਏ। ਫਿਰ ਮੇਰਾ ਸਵਾਲ ਹੈ ਇਸ ਗੱਲ 'ਤੇ ਵੀ ਉਦੋਂ ਫਿਰ ਕਿਉਂ ਨਹੀਂ ਸੱਦੀ ਗਈ? ਜੇ ਜਨਰਲ ਕੌਂਸਲ ਸਾਨੂੰ ਨਹੀਂ ਸੱਦਣੀ ਆਉਂਦੀ, ਉਹ ਆਪ ਸੱਦ ਲੈਂਦੇ। ਇਹ ਗੱਲਾਂ ਤੁਸੀਂ ਬੂਟਾ ਸਿੰਘ ਬੁਰਜਗਿੱਲ ਦੇ ਧਿਆਨ ਦੇ ਵਿੱਚ ਲਿਖਤੀ ਪਈਆਂ ਜੀ ਸਾਡੇ ਕੋਲ, ਹੁਣ ਵੀ ਜੇ ਸਬੂਤ ਲੈਣਾ ਲਿਖਤੀ ਪਈਆਂ।
ਤਾਂ ਇਹ ਪ੍ਰਧਾਨ ਜੀ ਕਈ ਗੱਲਾਂ 'ਚ ਆਪਾਂ ਨੂੰ ਇਹ ਲੱਗਦਾ ਵੀ ਬੂਟਾ ਸਿੰਘ ਬੁਰਜਗਲ ਇਹ ਕਹਿ ਰਹੇ ਨੇ ਵੀ ਸਾਨੂੰ ਇੱਕ ਗੱਲ ਦੱਸਣ ਵੀ ਜਿਹੜੀ ਜਨਰਲ ਕੌਂਸਲ ਦੀ ਮੀਟ ਹੁੰਦੀ ਆ ਉਹ ਸੂਬਾ ਕਮੇਟੀ ਤੋਂ ਉੱਪਰ ਦੀ ਹੁੰਦੀ ਆ ਥੱਲੇ ਦੀ ਹੁੰਦੀ ਆ? ਸੂਬਾ ਕਮੇਟੀ ਦੇ ਉੱਪਰ ਤਾਂ ਕਹਿੰਦੇ ਜਨਰਲ ਕੌਂਸਲ ਹੁੰਦੀ ਨਹੀਂ। ਦੇਖੋ ਜਨਰਲ ਕੌਂਸਲ ਆ ਜਿਹੜੀ, ਜਨਰਲ ਕੌਂਸਲ ਸੂਬਾ ਕਮੇਟੀ ਦੇ ਉੱਪਰ ਦੀ ਹੁੰਦੀ ਆ, ਉਹਨੇ ਫੈਸਲਾ ਲੈਣਾ ਤੇ ਸੂਬਾ ਕਮੇਟੀ ਤੋਂ ਫੈਸਲਾ ਹੀ ਨਹੀਂ ਹੋਇਆ ਤਾਂ ਹੀ ਜਨਰਲ ਕੌਂਸਲ ਸੱਦੀ ਨਾ। ਜਨਰਲ ਕੌਂਸਲ ਦੀ ਕਾਲ ਕੀਤੀ ਜਾ ਸਕਦੀ ਹੈ, ਜਨਰਲ ਕੌਂਸਲ ਨੇ ਫੈਸਲੇ ਕਰਨੇ ਹੁੰਦੇ ਆ। ਅਸੀਂ ਜਨਰਲ ਕੌਂਸਲ ਸੱਦੀ ਆ, ਜਨਰਲ ਕੌਂਸਲ ਨੇ ਫੈਸਲਾ ਕੀਤਾ। ਜਨਰਲ ਕੌਂਸਲ ਦੇ ਵਿੱਚ ਲੋਕ ਹੁੰਦੇ ਆ, ਜੇ ਸਾਤੋਂ ਆਗੂਆਂ ਤੋਂ ਫੈਸਲਾ ਨਹੀਂ ਹੁੰਦਾ ਅਸੀਂ ਇੱਕ ਦੂਜੇ ਨੂੰ ਮਤਲਬ ਕੱਢਣ ਕਢਾਉਣ ਤੇ ਲੱਗੇ ਹੋਏ ਹਾਂ ਤਾਂ ਜਨਰਲ ਕੌਂਸਲ ਹੀ ਮਤਲਬ ਇਹਦਾ ਹੱਲ ਹੈ। ਅਸੀਂ ਜਨਰਲ ਕੌਂਸਲ ਸੱਦੀ ਹੈ ਪਰ ਲੋਕਾਂ 'ਚ ਜਿੰਨਾ ਇਸ ਗੱਲ ਦਾ ਗੁੱਸਾ ਹੈ, ਮਤਲਬ ਲੋਕ ਜਥੇਬੰਦੀ ਨੂੰ ਬਚਾਉਣਾ ਚਾਹੁੰਦੇ ਆ, ਉਹ ਬਹੁਤ ਵੱਡੀ ਗਿਣਤੀ 'ਚ ਆ ਕੇ ਮਤਲਬ ਇਹ ਫਤਵਾ ਦੇ ਕੇ ਗਏ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਥੇਬੰਦੀ ਇੱਕ ਤਰ੍ਹਾਂ ਨਾਲ ਦੁਫਾੜ ਦੀ ਸਥਿਤੀ ਵਿੱਚ ਖੜੀ ਹੈਗੀ, ਤਾਂ ਵਰਕਰਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਦੁਜਿੱਤੀ ਨਹੀਂ ਪੈਦਾ ਹੁੰਦੀ ਵੀ ਅਸੀਂ ਕਿਸ ਪ੍ਰਧਾਨ ਦੇ ਮਗਰ ਜਾਈਏ? ਹਾਂ, ਦੋ ਕਿਸਮ, ਗੱਲ ਤੁਹਾਡੀ ਠੀਕ ਹੈ, ਦੋ ਕਿਸਮ ਦੀ ਹੋਈ ਹੈ ਇਹ। ਇੱਕ ਤਾਂ ਉਹ ਲੋਕ ਨੇ ਜਿਹੜੇ ਵਿਚਾਰਿਆਂ ਨੂੰ ਇਹ ਲੱਗਦਾ ਵੀ ਅਜੇ ਉਸ ਪੜਾਅ 'ਤੇ ਨਹੀਂ ਪਹੁੰਚੇ, ਉਹਨਾਂ ਨੂੰ ਗਲਤ ਠੀਕ ਦੀ ਪਛਾਣ ਨਹੀਂ ਹੁੰਦੀ, ਉਹਨਾਂ ਦੇ ਮਨਾਂ 'ਤੇ ਠੇਸ ਪਹੁੰਚੀ ਹੈ। ਠੇਸ ਐਂ ਨਹੀਂ ਵੀ ਦੂਜਿਆਂ 'ਤੇ ਪਹੁੰਚੀ ਨਹੀਂ, ਪਰ ਕੁਛ ਸਾਡਾ ਜਿਹੜਾ ਕਾਡਰ ਆ ਅਸੀਂ ਪਹਿਲਾਂ ਤੋਂ ਹੀ, ਖਾਸ ਕਰਕੇ ਮੈਂ ਤਾਂ ਜਿੰਨੀਆਂ ਵੀ ਸਟੇਜਾਂ ਤੋਂ ਬੋਲਿਆ, ਮੈਂ ਇਹ ਗੱਲ ਕਹਿੰਦਾ ਰਿਹਾ, ਪਿਆਰੇ ਲੋਕੋ, ਦਿਮਾਗ ਦੀ ਤੀਜੀ ਅੱਖ ਖੋਲ੍ਹ ਕੇ ਆਇਓ। ਜਿਹੜੇ ਆਗੂ ਆ ਧੋਖਾ ਕਰ ਜਾਂਦੇ ਆ, ਪਹਿਲਾਂ ਵੋਟਾਂ ਵਾਲੇ ਆਗੂ ਤੁਹਾਡੇ ਨਾਲ ਧੋਖਾ ਕਰਦੇ ਰਹੇ ਨੇ, ਹੁਣ ਕਿਸਾਨ ਆਗੂ ਵੀ ਧੋਖਾ ਕਰ ਸਕਦੇ ਨੇ। ਦਿਮਾਗ ਦੀ ਤੀਜੀ ਅੱਖ ਖੋਲ੍ਹ ਕੇ ਗੱਲ ਸੁਣਿਓ, ਕਿਤੇ ਇਕੱਲਾ ਇਕੱਠ ਨਾ ਕਰਿਓ। ਅਤੇ ਅੱਜ ਵੀ ਮਨਜੀਤ ਧਨੇਰ ਇਹ ਕਹਿੰਦਾ ਵੀ ਪੈਸੇ ਤੁਸੀਂ ਮਨਜੀਤ ਧਨੇਰ ਨੂੰ ਮੂਹਰੇ ਲਾ ਲਿਆ, ਫਿਰ ਵੀ ਦਿਮਾਗ ਦੀ ਤੀਜੀ ਅੱਖ ਖੋਲ੍ਹ ਕੇ ਚੱਲਿਓ। ਕੱਲ੍ਹ ਵੀ ਉੱਥੇ ਮੈਂ ਜਿਹੜਾ ਆਪਦਾ ਮਤਲਬ ਭਾਸ਼ਣ ਦਿੱਤਾ, ਕੱਲ੍ਹ ਵੀ ਲੋਕਾਂ ਨੂੰ ਇਹੀ ਗੱਲ ਕਹਿ ਕੇ ਦਿਮਾਗ ਦੀ ਤੀਜੀ ਅੱਖ ਖੋਲ੍ਹੋ, ਕੀ ਗਲਤ ਆ ਕੀ ਠੀਕ ਹੈ। ਆਮ ਤੌਰ 'ਤੇ ਇੱਕ ਗੱਲ ਹੁੰਦੀ ਹੈ ਕਿ ਜਥੇਬੰਦੀਆਂ ਦਾ ਸਰਕਾਰਾਂ ਦੇ ਉੱਪਰ ਜਾਂ ਹੋਰ ਆਪਾਂ ਕਹਿੰਦੇ ਕਾਫ਼ੀ ਦਬਾਅ ਹੁੰਦਾ, ਕਿ ਅਜਿਹੀਆਂ ਕਾਰਵਾਈਆਂ ਕਰਕੇ ਜਿਹੜਾ ਦਬਾਅ ਜਥੇਬੰਦੀ ਦਾ ਬਹੁਤ ਘੱਟ ਨਹੀਂ ਜਾਂਦਾ? ਘੱਟਦਾ ਜੀ, ਕਿਉਂਕਿ ਸਰਕਾਰਾਂ ਕੋਲ ਵੀ ਇਹੀ ਇੱਕ ਮਤਲਬ ਚਾਰਾ ਹੁੰਦਾ ਵੀ ਤੁਸੀਂ ਆਮ ਤੌਰ 'ਤੇ, ਤੁਹਾਡੀ ਇੱਕ ਗੱਲ ਮੈਂ ਕੱਟ ਰਿਹਾ, ਆਮ ਤੌਰ 'ਤੇ ਤੁਸੀਂ ਗੱਲ ਕਰਦੇ ਹੋ ਇਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਨੇ, ਕੀ ਇਹ ਚੀਜ਼ਾਂ ਦੀਆਂ ਕਾਰਵਾਈਆਂ ਜਿਹੜੀਆਂ ਲੋਕਾਂ ਦੇ ਇਕੱਠ ਨੂੰ ਪ੍ਰਭਾਵਿਤ ਨਹੀਂ ਕਰਦੀਆਂ, ਲੋਕਾਂ ਦਾ ਇਕੱਠ ਜਿਹੜਾ ਜਥੇਬੰਦੀਆਂ ਨੂੰ ਪਿੱਛੇ ਹਟਣ ਲੱਗ ਜਾਂਦਾ? ਦੋਨੇ ਗੱਲਾਂ ਨੇ ਇਹ, ਇੱਕ ਤਾਂ ਜੇ ਤੁਸੀਂ ਸੱਚ 'ਤੇ ਪਹਿਰਾ ਨਹੀਂ ਦਿੰਦੇ ਫਿਰ ਉਹ ਇਕੱਠ ਰਹਿਣਾ ਨਹੀਂ, ਠੀਕ ਹੈ ਨਾ। ਜਿਹੜਾ ਤੁਸੀਂ ਕਹਿੰਦੇ ਹੋ ਵੀ ਇਕੱਠ ਲੋਹੇ ਦੀ ਲੱਠ, ਇਕੱਠ ਦੇ ਨਾਲ ਲੋਹੇ ਦੀ ਲੱਠ, ਉਹ ਖਰਾ ਇਕੱਠ ਚਾਹੀਦਾ ਨਾ ਇਹਦਾ ਮਤਲਬ। ਜੇ ਤੁਸੀਂ ਸੱਚ 'ਤੇ ਪਹਿਰਾ ਨਹੀਂ ਦਿੰਦੇ, ਝੂਠ ਮਤਲਬ ਆਪਦੇ ਮਗਰ ਲਾ ਕੇ ਇਕੱਠ ਨੂੰ ਲਿਜਾ ਕੇ ਖੂਹ ਖਾਤੇ ਸੁੱਟ ਦਿੰਦਾ, ਉਹ ਵੀ ਨੁਕਸਾਨ ਆ, ਹੈ ਨਾ, ਉਹ ਵੱਡਾ ਨੁਕਸਾਨ ਹੋਊਗਾ। ਜੇ ਤੁਸੀਂ ਸੱਚ ਨੂੰ ਬਚਾਉਣ ਖਾਤਰ, ਇਕੱਠ ਲੋਹੇ ਦੀ ਲੱਠ ਨੂੰ ਮਜ਼ਬੂਤ ਕਰਨ ਖਾਤਰ ਇਹ ਪੈਂਤਰਾ ਲੈਂਦੇ ਹੋ, ਤਾਂ ਗਲਤ ਨਹੀਂ ਹੈ। ਇੱਕ ਬੂਟਾ ਸਿੰਘ ਬੁਰਜਗਲ ਇਹ ਗੱਲ ਕਹਿੰਦੇ ਨੇ ਕਿ ਅਖੌਤੀ ਕਾਮਰੇਡ ਤੱਕ ਦਾ ਸ਼ਬਦ ਉਹ ਵਰਤਦੇ ਨੇ ਕਿ ਅਖੌਤੀ ਕਾਮਰੇਡ ਜਿਹੜੇ ਇਕੱਠੇ ਮੈਂ ਜਥੇਬੰਦੀ ਚੋਂ ਸਾਫ਼ ਕਰਤੇ ਨੇ, ਅਤੇ ਮੈਂ ਕਾਮਰੇਡਾਂ ਦੇ ਖਿਲਾਫ਼ ਨਹੀਂ, ਕਹਿੰਦੇ ਮੈਂ ਅਖੌਤੀ ਕਾਮਰੇਡਾਂ ਦੇ ਖਿਲਾਫ਼ ਨਹੀਂ। ਪਹਿਲਾਂ ਕਾਮਰੇਡਾਂ ਦੇ ਖਿਲਾਫ਼ ਸੀ, ਫਿਰ ਮੈਂ ਇੱਕ ਦਿਨ ਨਾ ਬੋਲਦੇ ਨੇ ਕਹਿਤਾ ਵੀ ਜਗਮੋਹਨ ਸਿੰਘ ਜੇ ਵਿੱਚ ਬੈਠਾ, ਜਗਮੋਹਨ ਸਿੰਘ ਸਾਫ਼ ਕਰੇ ਵੀ ਕਾਮਰੇਡ ਹੈਗਾ ਕਿ ਨਹੀਂ ਹੈਗਾ। ਦੇਖੋ ਸਾਡੀ ਜਥੇਬੰਦੀ ਜਿਹੜੀ ਬਣਤਰ ਹੈ ਗੁਲਦਸਤਾ, ਇਹ 'ਚ ਕਾਮਰੇਡ ਵੀ ਹੈ, ਇਹ 'ਚ ਅਕਾਲੀ ਵੀ ਆ, ਇਹਦੇ 'ਚ ਮਤਲਬ ਹਿੰਦੂ ਵੀ ਆ, ਸਿੱਖ ਵੀ ਆ, ਕਾਂਗਰਸੀ ਵੀ ਆ, ਸਾਰੇ ਆ। ਗੁਲਦਸਤਾ ਖੇਤੀ ਨਾਲ ਜੁੜਿਆ ਹੋਇਆ, ਇਹਦੇ 'ਤੇ ਨਾ ਕਿਸੇ ਕਾਮਰੇਡਾਂ ਨੇ ਪਹਿਲਾਂ ਕਬਜ਼ਾ ਕੀਤਾ ਨਾ ਹੁਣ ਕਰਨਾ ਸੀ। ਅਸਲ ਦੇ ਵਿੱਚ ਤੁਸੀਂ ਐਂ ਦੱਸੋ, ਮੈਂ ਤੁਹਾਨੂੰ ਸਵਾਲ ਕਰਦਾ, 24 ਸਾਲ ਤੋਂ ਲਾ ਕੇ ਅਸੀਂ ਇਨਕਲਾਬੀ ਕੇਂਦਰ ਦੇ ਦੋ ਬੰਦੇ ਉਮਰ ਕੈਦ ਦੀ ਸਜ਼ਾ ਦੇ ਵਿੱਚ ਸੀਗੇ ਜਦੋਂ ਅਸੀਂ ਕਰਨਜੀਤ ਵਾਲਾ ਘੋਲ ਲੜਿਆ। 24 ਸਾਲਾਂ ਦੇ ਵਿੱਚ ਸਾਡੇ ਬਰਨਾਲੇ ਜ਼ਿਲ੍ਹੇ 'ਚ ਇਨਕਲਾਬੀ ਕੇਂਦਰ ਨੇ ਸਾਡੀ ਜਥੇਬੰਦੀ ਦਾ ਕੀ ਨੁਕਸਾਨ ਕਰਤਾ, ਉਹ ਬੂਟਾ ਸਿੰਘ ਨੂੰ ਵੀ ਪਤਾ, ਕੋਈ ਨੁਕਸਾਨ ਨਹੀਂ ਹੋਇਆ। ਬੂਟਾ ਸਿੰਘ ਵੀ ਸਾਡੇ ਨਾਲ ਹੀ ਸੀ। ਰੌਲਾ ਅਸਲ 'ਚ ਇੱਥੇ ਆ ਕੇ ਪੈ ਗਿਆ ਵੀ ਜਦੋਂ ਇਨਕਲਾਬੀ ਕੇਂਦਰ ਵੀ ਅਤੇ ਅਸੀਂ ਵੀ ਭਾਰਤੀ ਕਿਸਾਨ ਯੂਨੀਅਨ, ਜਦੋਂ ਸਾਡਾ ਪ੍ਰਧਾਨ ਡਾਵਾਂਡੋਲ ਹੋ ਗਿਆ ਵੀ ਚੋਣਾਂ 'ਚ ਜਾ ਕੇ ਹਿੱਸਾ ਲੈਣਾ, ਬੂਟਾ ਸਿੰਘ ਬੁਰਜਗਲ ਨੇ ਫਾਜ਼ਿਲ ਕੇ ਬਾਹਾਂ ਖੜੀਆਂ ਕਰਾਈਆਂ ਲੋਕਾਂ ਦੀਆਂ ਵੀ ਜੇ ਹੁਣ ਚੋਣਾਂ ਦੇ ਵਿੱਚ ਹਿੱਸਾ ਲਈਏ, ਸੰਵਿਧਾਨ ਦੇ ਵਿੱਚ ਮਤਲਬ ਮੱਦ ਪਾ ਲਈਏ, ਹੁਣ ਤਿਆਰ ਹੋ ਤੁਸੀਂ ਲੋਕੋ, ਕੱਲ੍ਹ ਸਾਡੀ ਅਸੀਂ ਇਕੱਠ ਦੇ ਵਿੱਚ ਜਿਹੜੀ ਵੀਡੀਓ ਸੁਣਾਈ ਆ, ਫਿਰ ਤਾਂ ਸ਼ੱਕ ਨਹੀਂ ਰਹਿੰਦੀ। ਹਾਂ, ਇੱਥੇ ਅਸੀਂ ਆ ਕੇ ਸਾਡਾ ਟਕਰਾਅ ਤੇਜ਼ ਹੋ ਗਿਆ। ਕੀ ਬੂਟਾ ਸਿੰਘ ਬੁਰਜਗਲ ਇਲੈਕਸ਼ਨ ਲੜਨ ਨੂੰ ਪੂਰੇ ਤਿਆਰ ਸੀਗੇ? ਮੈਂ ਕਹਿੰਦਾ ਜੀ ਸਬੂਤ ਦੇਵਾਂਗੇ, ਹਾਂ ਤਿਆਰ ਸੀਗੇ। ਬੂਟਾ ਸਿੰਘ ਬੁਰਜਗਲ ਨੇ SSM ਬਣਾਈ ਆ, ਸੰਯੁਕਤ ਸਮਾਜ ਮੋਰਚਾ, ਮੁੱਲਾਂਪੁਰ ਮੈਂ ਮੀਟਿੰਗ ਦੇ ਵਿੱਚ ਗਿਆ ਹੋਇਆ ਸੀ ਜਦੋਂ ਦੁਆਰੇ 16 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ, ਉੱਥੇ ਰਾਜੇਵਾਲ ਸਾਹਿਬ ਵੀ ਆਏ ਹੋਏ ਸੀ, ਸਾਡੇ ਸਤਿਕਾਰਯੋਗ ਨੇ, ਸਾਡੇ ਸਿਆਸੀ ਮਤਭੇਦ ਹੋ ਸਕਦੇ ਨੇ, ਪਰ ਮੇਰੇ ਮੂੰਹੋਂ ਉੱਥੇ ਨਿਕਲ ਗਈ ਗੱਲ ਵੀ ਤੁਸੀਂ ਤਾਂ ਕਹਿੰਦੇ 16 ਦੀ ਮੀਟਿੰਗ ਹੈ, ਵੀ ਜਿਹੜੇ ਆਹ ਮਤਲਬ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਜਿੱਧਰ ਉਹ ਵੀ ਬੈਠੇ ਨੇ, ਉਹ ਇਸ ਗੱਲ ਦੀ ਤਰਕ ਮੰਨ ਕੇ ਮਤਲਬ ਮੈਂ ਕਹੂੰਗਾ ਵੀ ਰੋਂਦੇ ਹੋਏ ਬਾਹਰ ਨਿਕਲ ਗਏ।
ਚੱਲ ਦੁਆਰੇ ਮੋੜ ਕੇ ਲਿਆਂਦੇ, ਜੋ ਦੁਆਰੇ ਮੋੜ ਕੇ ਲਿਆਂਦੇ ਤਾਂ ਹੁਣ ਜਿਹੜੇ ਕਹਿੰਦੇ ਆ ਸਾਨੂੰ ਸਬੂਤ ਦਿਓ, ਮੈਂ ਸਬੂਤ ਦੇਣ ਲੱਗਿਆ। ਉੱਥੇ ਸਬੂਤ ਇਹ ਆ, ਜਦੋਂ ਦੁਆਰੇ ਆ ਗਏ ਭਰੇ ਭਰਾਏ ਆਏ, ਉਵੇਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ। ਰਾਜੇਵਾਲ ਸਾਹਿਬ ਵੀ ਜਿਉਂਦੇ ਆ, ਜਿਹੜਾ ਨੇ ਗੱਲ ਸੁਣੀ ਉਹ ਵੀ ਜਿਉਂਦੇ ਨੇ। ਰਾਜੇਵਾਲ ਸਾਹਿਬ ਬੋਲਦੇ ਨੇ, ਉਹ ਖੜਾ ਹਰਮੀਤ ਕਾਦੀਆਂ, ਹਰਮੀਤ ਕਾਦੀਆਂ ਨੇ ਮੇਰੇ ਮੁੰਡੇ ਨਾਲ ਗੱਲ ਕਰਕੇ 35 ਸੀਟਾਂ ਆਪ ਵਾਲਿਆਂ ਤੋਂ ਦਵਾਈਆਂ, ਸਾਡਾ ਸਮਝੌਤਾ ਹੋ ਗਿਆ ਸੀ। ਤੇ ਮੁੱਖ ਮੰਤਰੀ ਦਾ ਕੈਂਡੀਡੇਟ ਬਲਵੀਰ ਸਿੰਘ ਰਾਜੇਵਾਲ ਸੀ, ਮੁੜ ਕੇ ਉਹਨੇ ਇਹ ਗੱਲ ਕਹੀ। ਇੱਧਰ ਬੈਠੇ ਸੀ ਚਾਰ ਆਗੂ, ਇੱਕ ਕੁਲਵੰਤ ਸੰਧੂ, ਰੋਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਇੱਕ ਆਗੂ ਹੋਰ ਸੀ, ਮੈਨੂੰ ਹੁਣ ਦਿਮਾਗ 'ਚ ਨਹੀਂ, ਮੈਂ ਝੂਠ ਨਹੀਂ ਬੋਲ ਸਕਦਾ। ਇਹਨਾਂ ਕੰਨੀ ਹੱਥ ਕਰਕੇ ਕਹਿੰਦਾ ਇਹਨਾਂ ਦਾ ਬੇੜਾ ਬੈਠਾ, ਪੰਜਾਬੀ 'ਚ ਉਹਨੇ ਕਿਹਾ ਵੀ ਇਹਨਾਂ ਦਾ ਬੇੜਾ ਬੈਠਾ। ਇਹ ਕਹਿੰਦੇ ਸੀ SSM ਬਣਾ, ਫਿਰ ਬੂਟਾ ਸਿੰਘ ਬੁਰਜਗਿੱਲ SSM ਬਣਾਉਣ 'ਚ ਹੈ ਨਹੀਂ। ਮਗਰੋਂ ਕਹਿੰਦਾ ਪੌੜੀ ਖਿੱਚ ਲਈ, ਉਹ ਫਿਰ ਰੋਇਆ ਵਿਚਾਰਾ, ਕਹਿੰਦਾ 6 ਮਹੀਨੇ ਹੋ ਗਏ, 6 ਮਹੀਨੇ ਮੈਂ ਤੇ ਮੇਰਾ ਮੁੰਡਾ ਆਪਸ ਵਿੱਚ ਬੋਲੇ ਨਹੀਂ ਚੋਣਾਂ ਹੁੰਦੀਆਂ 'ਚ ਵੀ। ਕੀ ਰਾਜੇਵਾਲ ਸਾਹਿਬ ਨੂੰ ਇਸ ਸਭ ਲਈ ਵਰਤਿਆ ਗਿਆ ਜੀ? ਹਾਂ ਵਰਤਿਆ ਗਿਆ, ਉਹ ਲੜਦੇ ਚੋਣਾਂ ਸਾਡੇ, ਸਾਨੂੰ ਕੀ ਸੀ, ਕੋਈ ਲੜਦਾ ਕੋਈ ਨਾ ਲੜਦਾ, ਪਹਿਲਾਂ ਕਿਹੜੇ ਚੋਣਾਂ ਲੜਨ ਵਾਲੇ ਹੈਗੇ ਸੀ। ਪਰ ਸਾਡਾ ਰੌਲਾ ਇਸ ਗੱਲ 'ਤੇ ਹੈ ਵੀ ਸੰਯੁਕਤ ਸਮਾਜ ਮੋਰਚਾ ਬਣਾ ਕੇ ਕਿਸਾਨ ਜਥੇਬੰਦੀਆਂ ਨੂੰ ਉਹਦੇ 'ਚ, ਮਤਲਬ ਜਿਹੜਾ ਉਹ ਸਾਡਾ ਮੋਰਚੇ ਦੀ ਮਲਾਈ ਸੀਗੀ ਉਹ ਲਾਉਣ ਨੂੰ ਫਿਰਦੀ ਬੂਟਾ ਸਿੰਘ ਬੁਰਜਗਿੱਲ ਹੋਣੀ, ਸਾਡੀ ਜਥੇਬੰਦੀ ਉਹਦੀ ਭੇਟ ਕਿਉਂ ਚੜ੍ਹੇ? ਅਸੀਂ ਮਤਲਬ ਬਾਰਡਰਾਂ 'ਤੇ ਜਿਹਨਾਂ ਨੇ 74 ਸਾਲਾਂ 'ਚ ਚੋਣਾਂ ਲੜ ਕੇ ਮੁਲਕ ਨੂੰ ਵੇਚਿਆ, ਉਹਨਾਂ ਦਾ ਗਲਾਂ ਕੱਢਦੇ ਆਏ ਹਾਂ, ਤਾਂ ਹੀ ਮਤਲਬ ਆਪ ਵਾਲਿਆਂ ਦੀ ਸਰਕਾਰ ਬਣੀ ਨਾ। ਇਹ ਮਤਲਬ ਬੂਟਾ ਸਿੰਘ ਨੂੰ ਇਦੋਂ ਵੱਡਾ ਹੋਰ ਸਬੂਤ ਕੀ ਚਾਹੀਦਾ? ਫਿਰ ਉਦੋਂ ਗਾਂ ਟਿਕਟਾਂ ਦਵਾਉਣ ਦੇ ਸਬੂਤ ਸਾਡੇ ਕੋਲ ਪਏ ਨੇ। ਉਹ ਹਰੇਕ ਗੱਲ 'ਤੇ ਕਹਿੰਦਾ ਲੋਕਾਂ 'ਚ, ਮਤਲਬ ਉਹ ਥੋੜ੍ਹੀ ਜਿਹੀ ਕਿਉਂਕਿ ਮੈਂ ਖਰਬਾ ਜਿਹਾ ਬੋਲਦਾ, ਉਹ ਮਿੱਠੀ ਜੀ ਆਵਾਜ਼ 'ਚ ਕਹਿੰਦਾ ਵੀ ਸਬੂਤ ਤਾਂ ਦੇਣ, ਇਹ ਸਬੂਤ ਨੇ। ਹੁਣ ਮੰਨ ਲਓ, ਮੈਂ ਪਹਿਲਾਂ ਹੈਰਾਨ ਹੁੰਦਾ ਹੁੰਦਾ ਜਿਸ ਗੱਲ 'ਤੇ ਵੀ ਇੱਕ ਬੁੜੇ ਨੇ ਕਹਿਤਾ ਖੇਤ ਦੇ ਵਿੱਚ ਨਾ ਪੈਸਿਆਂ ਦਾ ਕੜਾਹਾ ਦੱਬਿਆ ਹੋਇਆ, ਮਰਨ ਲੱਗੇ ਨੇ ਉਹ ਜਿਹੜੇ ਜੱਟ ਕਮਲੇ ਸੀ, ਉਹ ਲਾ ਕੇ ਖੇਤ ਨੂੰ ਇੱਕ ਪਾਸਿਓ ਪੱਟਣ ਲੱਗੇ, ਹੁਣ ਕੜਾਹਾ ਨਿਕਲਿਆ ਨਾ। ਜੇ ਉਹ ਸਿਆਣੇ ਹੁੰਦੇ, ਮੈਂ ਕਹਿੰਦਾ ਜੇ ਉਹਨਾਂ ਦੀ ਦਿਮਾਗ ਦੀ ਤੀਜੀ ਅੱਖ ਖੁੱਲੀ ਹੁੰਦੀ, ਉਹ ਪੱਟਣ ਨਹੀਂ ਸੀ ਲੱਗਦੇ, ਉਹਦੇ 'ਚ ਖੇਤੀ ਕਰਨ ਲੱਗਦੇ, ਮਿੱਟੀ 'ਚ ਮਿੱਟੀ ਪੈਸੇ ਦਿੰਦੀ ਸੀ। ਮੈਨੂੰ ਅੱਜ ਉਹ ਬੁੜੇ ਦੀ ਗੱਲ ਸੀ ਠੀਕ ਲੱਗਦੀ ਆ। ਐਂ ਮੈਂ ਸਿਆਣਿਆਂ ਤੋਂ ਸੁਣਿਆ ਵੀ ਜੇ ਚਿੱਟਾ ਬਗਲਾ ਫੜਨਾ ਹੋਵੇ ਉਹਦੇ ਸਿਰ 'ਤੇ ਪਹਿਲਾਂ ਮੋਮ ਧਰਨੀ ਪੈਂਦੀ ਹੈ। ਉਹ ਮੈਨੂੰ ਹੁਣ ਗੱਲ ਸਮਝ 'ਚ ਆਈ ਹੈ, ਕਿਉਂਕਿ ਏਜੰਸੀਆਂ ਨੇ ਜਦੋਂ ਸਾਡਾ ਚਿੱਟਾ ਬਗਲਾ ਫੜਨਾ ਸੀ ਉੱਤੇ ਮੋਮ ਧਰੀ ਆ, ਉਹਨੂੰ ਚੋਣਾਂ ਵਾਲੇ ਰਾਹ ਪਾਇਆ ਗਿਆ। ਸਾਡੀ ਜਥੇਬੰਦੀ ਨੇ, ਮੈਂ ਸਲਿਊਟ ਕਰਦਾ ਸਾਡੀ ਜਥੇਬੰਦੀ ਨੂੰ, ਜਿਹਨੇ ਜਦੋਂ ਸਾਡੇ ਨਾਲ ਇਹ ਤੜਿੰਗ ਹੋ ਕੇ ਵੀ ਕਹਿੰਦਾ ਮੈਂ ਧੱਕੇ ਨਾਲ ਏਜੰਡਾ ਲਵਾਉਂਗਾ ਸੀ, ਉਹਦੇ ਘਰੇ ਵੀ ਗਏ ਸੀ, ਕਹਿੰਦਾ ਉੱਲੂਆਂ ਨੂੰ ਦਿੰਦਾ ਰਾਤ ਨੂੰ। ਤੁਹਾਡੇ ਕਹਿਣ ਦਾ ਮਤਲਬ ਇਹ ਕਿ ਬੂਟਾ ਸਿੰਘ ਬੁਰਜਗਿੱਲ ਨੂੰ ਏਜੰਸੀਆਂ ਨੇ ਵਰਤਿਆ? ਹਾਂ ਵਰਤਿਆ, 'ਚ ਕੋਈ ਰੌਲਾ ਹੀ ਨਹੀਂ, ਇਹਦਾ ਸਬੂਤ ਪਿਆ। ਜਦੋਂ ਮੰਨ ਲਓ 8 ਦਿਨ ਪਹਿਲਾਂ ਉੱਥੇ ਮਤਲਬ ਕਿਸਰ ਕਿਸਰ ਹੁੰਦੀ ਆ ਵੀ ਹੁਣ ਤੰਬੂ ਪੱਟ ਲਓ, ਹੁਣ ਕੀ ਲੈਣਾ, ਵੀ ਤੰਬੂ ਪੱਟ ਲਓ ਹੁਣ ਕੀ ਲੈਣਾ, ਜਦੋਂ ਹਾਲਾਂਕਿ ਸੰਯੁਕਤ ਮੋਰਚੇ ਦਾ ਫੈਸਲਾ ਹੋਇਆ ਹੋਇਆ ਵੀ ਅਸੀਂ 11 ਤਰੀਕ ਨੂੰ ਢੋਲ ਢਮੱਕੇ ਨਾਲ ਜਾਵਾਂਗੇ, ਜਿਹੜੇ ਟਰੈਕਟਰ ਗਏ ਹੋਏ ਨੇ, ਟਰਾਲੀਆਂ ਉੱਥੇ ਖੜੀਆਂ ਉਹ ਵੀ ਆ ਜਾਣਗੀਆਂ, ਜਿਹੜੇ ਲੋਕਾਂ ਨੇ ਹਿੱਸਾ ਲਿਆ ਵਿੱਚ ਘੋਲ ਦੇ ਉਹਨਾਂ ਸਾਰਿਆਂ ਨੂੰ ਸੱਦੋ, ਸਾਡੀਆਂ ਭੈਣਾਂ ਆਉਣ, ਅਸੀਂ ਨੱਚਦੇ ਟੱਪਦੇ ਜਾਈਏ, ਜਿੱਤ ਕੇ ਚੱਲੇ ਹਾਂ ਅਸੀਂ, ਤਾਂ ਫਿਰ ਇਹਨਾਂ ਦੇ ਕੀ ਖਾਜ ਹੁੰਦੀ ਸੀ? ਇਹ 8 ਦਿਨ ਪਹਿਲਾਂ ਕਿਉਂ ਸੰਗਰੂਰ ਜ਼ਿਲ੍ਹੇ ਤਾਂ ਤੰਬੂ ਪਟਾਏ ਆ, ਉਹਨਾਂ ਨੇ ਕਿਹਾ ਵੀ ਬੂਟਾ ਸਿੰਘ ਬੁਰਜਗਿੱਲ ਦਾ ਸੁਨੇਹਾ ਇਹ, ਗੁਰਮੀਤ ਭੱਟੀ ਵਾਲੇ ਤੇ ਜਗਮੋਹਨ ਨੇ ਤੰਬੂ ਪਟਾ ਕੇ ਆ ਪੰਜਾਬ ਨੂੰ ਆ ਗਏ, ਇਹ ਸਬੂਤ ਨਹੀਂ ਤਾਂ ਹੋਰ ਕੀ ਆ? ਕੀ ਜਿਵੇਂ ਹੁਣ ਲੱਗਦਾ ਦਿੱਲੀ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰਦੇ ਹਾਂ, ਇੱਕ ਬਹੁਤ ਵੱਡਾ ਜਿੱਦਾਂ ਆਪਾਂ ਕਹਿੰਦੇ ਇੱਕ ਗੁਰੂ ਦੀ ਕਲਾ ਹੀ ਵਰਤ ਰਹੀ ਸੀ, ਉੱਥੇ ਏਡਾ ਵੱਡਾ ਅੰਦੋਲਨ ਹੋ ਗਿਆ ਸੀਗਾ, ਕਿ ਹੁਣ ਜੇ ਇਹੋ ਜਿਹੇ ਅੰਦੋਲਨ ਖੜੇ ਹੁੰਦੇ ਨੇ ਤੇ ਕੀ ਲੋਕ ਇਹ ਚੀਜ਼ਾਂ ਕਰਕੇ ਦੁਜਿੱਤੀ 'ਚ ਪੈ ਕੇ ਜਥੇਬੰਦੀਆਂ ਦਾ ਸਾਥ ਦੇਣਗੇ? ਦੇਖੋ ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਜੇ ਤੁਸੀਂ ਇਹਨੂੰ ਸ਼ੁੱਧ ਨਹੀਂ ਕਰਦੇ ਫਿਰ ਤੁਸੀਂ ਇਕੱਠ ਕਰ ਵੀ ਲਓ, ਉਹਦਾ ਫਾਇਦਾ ਕੋਈ ਨਹੀਂ ਹੋਣਾ। ਦੂਜਾ ਹੈਗਾ ਇਹਨੂੰ ਸੋਧਣ ਦਾ, ਮਤਲਬ ਜੇ ਜਿਹੜੀ ਇਹ 'ਚੋਂ ਮਿਲਾਵਟ ਆ ਉਹ ਪਾਸੇ ਕਰਨੀ ਪਊਗੀ ਤੁਹਾਨੂੰ। ਮੈਂ ਇਤਿਹਾਸ ਪੜ੍ਹਿਆ, ਮੈਂ ਨਾ ਹੁਣ ਤੱਕ ਐਂ ਕਹਿੰਦਾ ਰਿਹਾ ਵੀ ਇੱਕ ਦਿਨ ਮੈਂ ਗਾਜੀਆਣੇ ਪਿੰਡ ਗਿਆ, ਗਾਜੀਆਣੇ ਪਿੰਡ ਮੇਰੇ ਦਿਮਾਗ 'ਚ ਹੁਣ ਤੱਕ ਇਹ ਗਾਜੀਆਣੀਆਂ ਕੁੰਡਾ ਬਦਮਾਸ਼ ਹੁੰਦਾ ਸੀ, ਡਾਕੇ ਮਾਰਦਾ ਸੀ ਉਹ ਕੁਦਰਤੀ। ਮੈਂ ਜਦੋਂ ਗਾਜੀਆਣੇ ਪਿੰਡ ਤੋਂ ਮੁੜ ਕੇ ਮੈਂ ਕਿਸੇ ਬਜ਼ੁਰਗ ਦੇ ਭੋਗ 'ਤੇ ਗਿਆ, ਜਦੋਂ ਮੈਂ ਮੁੜ ਕੇ ਆਇਆ ਮੈਨੂੰ ਬੱਬਰ ਅਕਾਲੀਆਂ ਦੀ ਕਿਤਾਬ ਮਿਲ ਗਈ। ਕਿਤਾਬਾਂ ਮੈਂ ਖਾਨਾ, ਮੈਨੂੰ ਕਿਤਾਬ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ, ਮੈਂ ਉਹ ਬੱਬਰ ਅਕਾਲੀਆਂ ਦੀ ਕਿਤਾਬ ਪੜ੍ਹਨ ਲੱਗਿਆ, ਬੱਬਰ ਅਕਾਲੀਆਂ ਨੂੰ ਫਾਂਸੀ ਲੱਗੀ ਸ਼ਿਆਂ ਨੂੰ। ਹੁਣ ਇਤਿਹਾਸ ਦੀ ਉਹ ਜਦੋਂ ਮੈਂ ਕਿਤਾਬ ਪੜ੍ਹਨ ਲੱਗਿਆ ਤਾਂ ਉਸ ਕਿਤਾਬ ਦੇ ਵਿੱਚ ਭਾਵੇਂ ਮੇਨ ਸੀਗਾ ਜਿਹੜਾ ਉਹ ਹੁਸ਼ਿਆਰਪੁਰ ਅਤੇ ਜਲੰਧਰ ਦੁਆਬੇ ਸੀ ਬੱਬਰ ਅਕਾਲੀ, ਪਰ 6-7 ਆਗੂ ਇੱਧਰੋਂ ਜਿਨ੍ਹਾਂ ਦੇ ਵਿੱਚ ਗਾਜੀਆਣੀਆਂ ਕੁੰਡਾ ਬੱਬਰ ਅਕਾਲੀਆਂ ਦੀ ਹਮਾਇਤੀ ਸੀ, ਇੱਥੇ ਡਾਕੂ ਬਣਾਇਆ ਪਿਆ ਉਹ। ਯਾਨੀ ਜਦੋਂ ਤੁਸੀਂ ਦੇਖੋਗੇ ਕਿਸੇ ਚੀਜ਼ ਨੂੰ, ਖੋਜੋਗੇ, ਫਿਰ ਤੁਹਾਨੂੰ ਸੱਚਾਈ ਲੱਭ ਜਾਂਦੀ ਆ। ਮੈਂ ਹੁਣ ਵੀ ਕਹਿੰਦਾ ਇਤਿਹਾਸ ਨੂੰ ਖੋਜੋ, ਜੇ ਮਤਲਬ ਅਸੀਂ ਅੱਖਾਂ ਮੀਚ ਕੇ ਬੈਠੇ ਰਹਾਂਗੇ, ਅੱਖਾਂ ਮੀਚੀਆਂ ਤੋਂ ਲਹਿਰ ਚੱਲਣੀ ਨਹੀਂ, ਇਹ ਠੀਕ ਹੈ
ਜਦੋਂ ਅਸੀਂ ਉਹਨੂੰ ਇੰਜਣ ਮੂਹਰੇ ਲਾ ਕੇ ਸਵਾਰੀਆਂ ਭਰਤੀ, ਮਤਲਬ ਓਵਰਲੋਡ ਹੋ ਗਈ ਸਾਡੀ ਤੇ ਗੱਡੀ ਦਾ, ਜੇ ਕਹੀਏ ਰੇਲ ਗੱਡੀ ਪਟੜੀ ਤੋਂ ਜਦੋਂ ਲਹਿੰਦੀ ਆ, ਹੁਣ ਪਟੜੀ ਤੇ ਜਾਣ ਤੋਂ ਪਹਿਲਾਂ ਜਦੋਂ ਸਾਡਾ ਇੰਜਣ ਜਾਮ ਹੋ ਗਿਆ, ਲੋਕਾਂ ਨੇ ਚੱਕ ਕੇ ਕਰੇਨ ਦਾ ਇੰਜਣ ਪਾਸੇ ਕਰਤਾ, ਹੁਣ ਸਾਡੇ ਇੰਜਣ ਨੂੰ ਇਹ ਗੱਲ ਦਾ ਦੁੱਖ ਕਿਉਂ ਹੈ? ਇਹ ਥੋੜ੍ਹੀ ਹੁੰਦਾ ਵੀ ਮਤਲਬ ਜਦੋਂ ਲੀਹ ਤੋਂ ਲਾਹ ਕੇ ਗੱਡੀ ਖਤਾਨਾ 'ਚ ਮਾਰੀ ਉਦੋਂ ਉੱਠਾਂਗੇ? ਅਸੀਂ ਪਹਿਲਾਂ ਦੇਖ ਲਿਆ ਲੋਕਾਂ, ਮਤਲਬ ਅਸੀਂ ਇਹਦੇ ਪੂਰੇ ਸਵਾਲ ਕਰਨ ਲੱਗ ਗਏ, ਇਹ ਸਾਨੂੰ ਜਥੇਬੰਦੀ 'ਚੋਂ ਛਾਂਗਣ ਲੱਗ ਗਿਆ। ਹੁਣ ਮੈਨੂੰ ਐਂ ਦੱਸ ਦਿਓ, ਇਹ ਆਪ ਬੂਟਾ ਸਿੰਘ ਹੁਣ ਕਹਿੰਦਾ ਸੰਵਿਧਾਨ ਦੀ ਨਹੀਂ ਇਹਨਾਂ ਨੇ ਉਹ ਕੀਤੀ, ਮੰਨ ਲਓ ਜਨਰਲ ਕੌਂਸਲ, ਚਲੋ ਮੰਨ ਲੈਂਦੇ ਇਹਦੇ ਮੁਤਾਬਿਕ ਕੋਈ ਜਨਰਲ ਕੌਂਸਲ ਸੰਵਿਧਾਨਕ ਨਹੀਂ, ਕੀ ਮਨਜੀਤ ਧਨੇਰ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਉਹਦੇ ਬਰਾਬਰ ਦੇ ਜਿਹੜੇ ਆਗੂ ਨੇ ਬਲਵੰਤ ਸਿੰਘ ਨੂੰ ਪੁਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਇਹ ਮੈਨੂੰ ਦੱਸਣ ਨਾ ਕਿਹੜੇ ਸੰਵਿਧਾਨ 'ਚ ਲਿਖਿਆ ਹੋਇਆ ਵੀ ਇੱਕ ਸਟੇਜ 'ਤੇ ਖੜ੍ਹ ਕੇ ਕਹਿੰਦੇ ਵੀ ਆਹ ਵੀ ਕੱਢਤਾ ਬਾਗੀ ਹੋ ਗਿਆ ਜਥੇਬੰਦੀ ਤੋਂ, ਆਹ ਵੀ ਕੱਢਤਾ ਬਾਗੀ ਹੋ ਗਿਆ, ਆਹ ਵੀ ਕੱਢਦਾ ਬਾਗੀ, ਉਹ ਕਿਹੜੇ ਸੰਵਿਧਾਨ 'ਚ ਲਿਖਿਆ ਹੋਇਆ? ਇੱਕ ਇੰਟਰਵਿਊ 'ਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਪਹਿਲਾਂ ਕੁਝ ਵਰਕਰ ਸੀ ਜਿਹੜੇ ਉਹ ਕੱਢੇ ਸੀ ਉਸ ਟਾਈਮ 'ਤੇ ਮਨਜੀਤ ਸਿੰਘ ਧਨੇਰ ਹਰਨੇਕ ਸਿੰਘ ਮਹਿਮਲ ਕੇ ਸਹਿਮਤ ਸੀ, ਉਸ ਤੋਂ ਬਾਅਦ ਬਾਹਰ ਜਾ ਕੇ ਇਹਨਾਂ ਨੇ ਇੱਕ ਆਪਣੀ ਵੱਖਰੀ ਸਟੇਜ ਲਾ ਕੇ ਜਥੇਬੰਦੀ ਦੇ ਵਿਰੁੱਧ ਜਿਹੜੀ ਕਾਰਵਾਈ ਉਹ ਕੀਤੀ। ਬਿਲਕੁਲ ਝੂਠ ਮਾਰਿਆ ਜਾ ਰਿਹਾ। ਹਾਂ ਸਹਿਮਤ ਸੀ, ਅਸੀਂ ਸਹਿਮਤ, ਅਸੀਂ ਸਬਰ ਦਾ ਪਿਆਲਾ ਸੀ, ਕਦੇ ਜਥੇਬੰਦੀ ਇਕਜੁੱਟ ਰੱਖੀਏ। ਅਸੀਂ ਗੁਰਦੀਪ ਰਾਮਪੁਰੇ ਨੂੰ ਵੀ ਮਤਲਬ ਇੱਕ ਮਹੀਨੇ ਲਈ ਸਸਪੈਂਡ ਕਰਾ ਲਿਆ, ਅਸੀਂ ਬਲਵਿੰਦਰ ਸਿੰਘ ਜੇਠੂਕੇ ਨੂੰ ਮੈਂਬਰਸ਼ਿਪ ਖਾਰਜ ਕਰਾ ਲਈ, ਅਸੀਂ ਫਿਰ ਵੀ ਬੈਠੇ ਰਹੇ ਹਾਂ। ਉਦੋਂ ਮਗਰੋਂ ਚਿੱਠੀ ਵਾਲੀ ਏਜੰਡਾ ਲੱਗਿਆ, ਉਹਦੇ 'ਤੇ ਮੈਂ ਆਹ ਸਚਾਈ ਲਿਆ ਵੀ ਜਿਹੜਾ 5 ਦਿਨ ਪਹਿਲਾਂ ਤੰਬੂ ਪੱਟੇ ਉਹ ਸਾਫ਼ ਝਲਕ ਦੱਸਦੀ ਵੀ ਏਜੰਸੀਆਂ ਦਾ ਪਹਿਰਾ ਸੀ ਤੁਹਾਡੇ ਦਿਮਾਗਾਂ 'ਤੇ। ਉਦੋਂ ਇਹ 'ਚ ਮਤਲਬ ਮੀਟਿੰਗ 'ਚ ਉੱਠ ਕੇ ਭੱਜ ਜਾਂਦੇ ਆ, ਇਹ ਮੀਟਿੰਗ ਮਤਲਬ ਜਥੇਬੰਦੀ ਨੂੰ ਇਹਨਾਂ ਨੇ ਪਾੜਿਆ ਕਿ ਅਸੀਂ ਪਾੜਿਆ, ਅਸੀਂ ਤਾਂ ਉੱਥੇ ਬੈਠੇ ਸੀ, ਇਹ ਬਾਹਰ ਚਲੇ ਗਏ, ਮੀਟਿੰਗ ਬੰਦ ਆ ਜੀ ਬੰਦ ਆ ਜਦੋਂ ਸਵਾਲ ਆਉਣ ਲੱਗੇ। ਉਦੋਂ ਮਗਰੋਂ ਜਦੋਂ ਲਿਖਾਉਣ ਲੱਗੇ ਆ, ਲਿਖਾਉਣ ਲੱਗੇ ਤਾਂ ਸਾਡਾ ਜਿਹੜਾ 14-15 ਪੜ੍ਹਿਆ ਜਨਰਲ ਸਕੱਤਰ ਆ, ਉਹਨੂੰ ਤਾਂ ਜਿਹੜੀ ਕਾਰਵਾਈ 'ਚ ਲਿਖਣਾ ਨਹੀਂ ਆਉਂਦਾ ਵੀ ਕੀ ਲਿਖਣਾ, ਬੂਟਾ ਸਿੰਘ ਬੁਰਜਗਲ ਲਿਖਾਉਂਦਾ, ਗਰਮੀ ਉਹ ਦੂਜਾ ਕੀ ਹੈ ਨਾਲ ਇਹਦੇ ਲਿਖ ਬਾਬੂ ਸਿੰਘ ਖੁੱਡੀ ਮੈਂਬਰਸ਼ਿਪ ਤੋਂ ਖਾਰਜ, ਸਾਹਿਬ ਸਿੰਘ ਬਟਬਰ ਮੈਂਬਰਸ਼ਿਪ ਤੋਂ ਖਾਰਜ। ਸਾਡਾ ਬੜਾ ਸਤਿਕਾਰਯੋਗ ਆਗੂ ਆ ਬਲਵੰਤ ਸਿੰਘ ਉਪੜੀ, ਜਿਹਨੇ 1,97,000 ਰੁਪਇਆ ਸਾਡੇ ਮੋਰਚੇ ਦੀ ਝੋਲੀ ਪਾਇਆ, ਜਿਹੜਾ 2 ਰੁਪਏ ਝੰਡਿਆਂ 'ਚੋਂ ਸਾਨੂੰ ਬਚਦੇ ਹੁੰਦੇ ਆ ਨਾ, ਅਸੀਂ ਲੱਖਾਂ ਝੰਡਾ ਵੇਚਿਆ, ਉਹਨੇ ਆਪਦੇ ਕੋਲੋਂ ਪੈਸੇ ਖਰਚ ਕੇ 1,97,000 ਸਾਡੀ ਝੋਲੀ 'ਚ ਪਾਇਆ ਉਹਨੇ, ਸਾਤੋਂ ਕੋਈ ਪੈਸਾ ਨਹੀਂ ਛਲਿਆ। ਉਹ ਬੰਦੇ ਨੂੰ ਪਤਾ ਕੀ ਕਿਹਾ ਜਾਂਦਾ? ਉਹ ਕਹਿੰਦਾ ਪ੍ਰਧਾਨ ਜੀ ਆਹ ਜਿਹੜਾ ਬਾਬੂ ਸਿੰਘ ਵਾਲਾ ਅਤੇ ਸਾਹਿਬ ਸਿੰਘ ਵਾਲਾ ਤਾਂ ਮੁੱਦਾ ਹੀ ਨਹੀਂ ਲੱਗਿਆ, ਏਜੰਡਾ ਹੀ ਨਹੀਂ ਲੱਗੇ, ਤੁਸੀਂ ਇਹਨਾਂ ਕਿਵੇਂ ਖਾਰਜ ਕਰ ਦੋਗੇ? ਕਹਿੰਦਾ ਅਗਲੀ ਵਾਰੀ ਤੇਰੀ ਆ। ਸੱਚੀ ਹੋਈ ਉਹਦੀ ਵਾਰੀ ਆ ਗਈ। ਬੂਟਾ ਸਿੰਘ ਬੁਰਜਗਲ ਡਿਕਟੇਟਰ ਹੋ ਚੁੱਕੇ ਸੀਗੇ ਵੀ ਜਿਹੜਾ ਕੋਈ ਬੋਲੂਗਾ ਉਹਨੂੰ ਬਾਹਰ ਕਰ। ਹਾਂਜੀ, ਉਹਨਾਂ ਮੈਂ ਜੋ ਮਤਲਬ ਸਾਫ਼ ਹੋਇਆ ਜਿਹੜਾ ਇਸ ਗੱਲ ਤੋਂ, ਜਿਹੜਾ ਜਿਹੜਾ ਉਹਦੀ ਗੱਲ ਦੇ ਮੂਹਰੇ ਬੋਲਦਾ ਸੀ, ਜਿਵੇਂ ਮਤਲਬ ਸੰਵਿਧਾਨ ਵਾਲੀ ਗੱਲ 'ਤੇ ਆਈ ਜਦੋਂ ਚੋਣਾਂ ਵਾਲਾ ਏਜੰਡਾ ਲੈ ਕੇ ਆਇਆ, ਚੋਣਾਂ ਵਾਲੇ ਏਜੰਡੇ 'ਤੇ ਉਹਨੂੰ ਪਈਆਂ 5 ਵੋਟਾਂ, ਸਾਨੂੰ ਪਈਆਂ 35। ਉਦੋਂ ਜਗਮੋਹਨ ਸਿੰਘ ਵੀ ਸਾਡੇ ਨਾਲ ਖੜਾ ਸੀ, ਅਸੀਂ ਉਦੋਂ ਡਿੱਗਦੀ ਗੱਡੀ ਬਚਾਈ ਆ। ਉਦੋਂ ਤੋਂ ਬਾਅਦ ਉਹਨੂੰ ਇਹ ਲੱਗ ਗਿਆ ਵੀ ਜਿਹੜਾ ਬੰਦੇ ਅੜਿੱਕਾ ਲੱਗਦੇ ਆ ਮੇਰੇ ਮੂਹਰੇ, ਇਹਨਾਂ ਨੂੰ ਕਿਸੇ ਲੋਟ ਖਰਚ ਕਰਨ। ਉਦੋਂ ਸੰਵਿਧਾਨ ਸਾਨੂੰ ਯਾਦ ਹੀ ਨਹੀਂ ਆਇਆ, ਉਹ ਜਿੱਦਣ ਮਤਲਬ ਬਲਦੇਵ ਨੂੰ ਕੱਢਿਆ, ਬਲਦੇਵ ਨੂੰ ਬਹਾਲ ਕੀਤਾ, ਬਾਂਹ ਖੜੀ ਕਰਕੇ ਬਹਾਲ ਕਰਤਾ ਸੀ, 7-ਮੈਂਬਰੀ ਕਮੇਟੀ ਬਣਾਈ ਹੋਈ ਬਠਿੰਡੇ ਦੀ ਉਹ ਬਣਾਉਣ ਵਾਸਤੇ ਇਨਕੁਆਇਰੀ, ਜਿਹਤੇ 6 ਲੱਖ ਦਾ ਉੱਥੇ ਗਮਨ ਆਇਆ ਬਲਦੇਵ 'ਤੇ, ਬਠਿੰਡੇ ਜ਼ਿਲ੍ਹੇ ਦੇ ਪ੍ਰਧਾਨ 'ਤੇ। ਉੱਥੇ ਪ੍ਰਧਾਨ ਹਾਂ ਬਾਂਹ ਖੜੀ ਕਰਕੇ ਕਹਿੰਦਾ ਨਾ ਇਹ ਤਾਂ ਬਹਾਲ ਆ, ਕੋਈ ਲੋੜ ਨਹੀਂ 7-ਮੈਂਬਰੀ ਕਮੇਟੀ ਦੀ, ਉਹ ਕਿਹੜੇ ਸੰਵਿਧਾਨ ਦੀ ਰਾਖੀ ਹੋਈ ਸੀ ਜੀ? ਅਸੀਂ ਉਹ ਪੁੱਛਣਾ ਚਾਹੁੰਦੇ ਹਾਂ ਲੋਕ। ਪ੍ਰਧਾਨ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਭਾਰਤੀ ਕਿਸਾਨ ਏਕਤਾ ਡਕਾਉਂਦਾ ਜਿਹੜੇ ਵਰਕਰ ਆ ਉਹ ਪ੍ਰਧਾਨ ਮੰਨਣ ਕੀ ਇਹਨੂੰ, ਬੂਟਾ ਸਿੰਘ ਬੁਰਜਗਲ ਜਾਂ ਮਨਜੀਤ ਸਿੰਘ ਧਨੇਰ ਨੂੰ? ਇਹ ਮੇਰੇ ਕਿਸੇ ਤੋਂ ਨਹੀਂ ਮੰਨਿਆ ਜਾਣਾ। ਇੱਕ ਤਾਂ ਉਹ ਕੰਮਾਂ ਤੋਂ ਮੰਨਣਗੇ, ਇੱਕ ਜਿਹੜੇ ਜਦੋਂ ਮੈਂ ਵਾਰ ਵਾਰ ਕਹਿੰਦਾ ਦਿਮਾਗ ਦੀ ਤੀਜੀ ਅੱਖ ਆ ਜਿਹੜੀ ਖੁੱਲੀ, ਜਿਹਨਾਂ ਦੀ ਖੁੱਲੀ ਆ ਜਿਹਨੂੰ ਮਰਜ਼ੀ ਜੀ ਕਰਦਾ ਮੰਨਣ, ਉਹ ਗਾਹਾਂ ਜਿਹੜਾ ਆਉਣ ਵਾਲਾ ਸਮਾਂ ਤਜਰਬਾ ਉਹ ਦੱਸ ਦੂ, ਪਰ ਜਿਹੜੀਆਂ ਇਹੋ ਜਿਹੀਆਂ ਫਿਰਕੂ ਗੱਲਾਂ ਜਿਵੇਂ ਅੱਜ ਹੁਣ ਜਥਾ ਲੈ ਕੇ ਗਏ ਨੇ, ਉਹ ਮਤਲਬ ਇਹ ਬਣਾ ਕੇ ਵੀ ਅਸੀਂ ਤਾਂ ਕਾਮਰੇਡ ਹਾਂ, ਉਹ ਹੁਣ ਸਿੱਖਾਂ ਦੀ ਹਮਾਇਤ 'ਤੇ ਚੱਲਿਆ। ਵੀਰ ਜੀ 10 ਜਨਵਰੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਬੰਦੀ ਸਿੱਖਾਂ ਦੀ ਹਮਾਇਤ ਦੇ ਵਿੱਚ, ਮੋਰਚੇ ਦੀ ਹਮਾਇਤ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦਾ, ਉਦੋਂ ਦੇ ਜਥੇ ਜਾਂਦੇ ਆ। ਅੱਜ ਇਹ ਪਾਣ ਦੇ ਕੇ ਮੈਂ ਅੱਜ ਚੱਲਿਆ, ਇਹ ਤਾਂ ਸਾਨੂੰ ਜਾਣ ਨਹੀਂ ਦਿੰਦੇ, ਅਸੀਂ ਤਾਂ 2 ਵਾਰੀ ਜਥਾ ਲੈ ਭੇਜ ਵੀ ਦਿੱਤਾ। ਤੁਸੀਂ ਪਹਿਲਾਂ ਉੱਥੇ ਜਾ ਕੇ ਹਾਜ਼ਰੀ ਲਵਾ ਚੁੱਕੇ? ਮੈਂ ਨਾ ਹਾਜ਼ਰੀ ਲਵਾਈ ਹੋਈ, ਮੇਰੀ ਜਥੇਬੰਦੀ ਦੀ ਹਾਜ਼ਰੀ ਲੱਗਦੀ ਆ। ਚਲੋ ਪ੍ਰਧਾਨ ਜੀ ਸਾਰੀਆਂ ਗੱਲਾਂ ਤੋਂ ਪਾਸੇ ਹਟ ਕੇ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਕੰਮ ਦੱਸਣਗੇ, ਤੁਸੀਂ ਹੁਣ ਜਥੇਬੰਦੀ ਦੇ ਪ੍ਰਧਾਨ, ਤੇ ਮੇਨ ਏਜੰਡਾ ਕੀ ਹੋਏਗਾ ਤੁਹਾਡਾ? ਸਾਡਾ ਪਹਿਲਾ ਏਜੰਡਾ ਇਹ ਹੋਊਗਾ, ਲੋਕਾਂ ਨੂੰ ਕਹਾਂਗੇ ਵੀ ਛੇਤੀ ਆਪਾਂ ਜਿਹੜਾ ਪੰਜਾਬ ਦਾ ਜਨਰਲ ਇਜਲਾਸ ਸੱਦੀਏ, ਉਹਦੀ ਤਿਆਰੀ ਵਾਸਤੇ ਅਸੀਂ ਕੰਮ ਸ਼ੁਰੂ ਕਰਾਂਗੇ।
ਨਾਲ ਨਾਲ ਸਾਡੇ ਛੋਟੇ ਮੋਟੇ ਮਸਲੇ ਜਿਹੜੇ ਆ ਉਹਨਾਂ 'ਚ ਲੜਦੇ ਰਹੇ, ਜਿਹੜੀਆਂ ਰਹਿੰਦੀਆਂ ਮੰਗਾਂ ਨੇ, ਜਿਵੇਂ ਮਤਲਬ ਲਖੀਮਪੁਰ ਖੀਰੀ ਵਾਲਾ 20 ਮਾਰਚ ਨੂੰ ਅਸੀਂ ਦਿੱਲੀ ਜਾਣਾ, ਸੰਯੁਕਤ ਮੋਰਚੇ ਦੀ ਕਾਲ ਹੈ, 20 ਨੂੰ ਅਸੀਂ ਇੱਥੇ ਆਪਣਾ ਆਪਣੇ ਜਿਹੜੇ 32 ਜਥੇਬੰਦੀਆਂ ਦੀ ਕਾਲ ਹੈ, ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਜਾਣਾ। ਅਸੀਂ ਤਾਂ ਬੰਦੀ ਸਿੱਖਾਂ ਨਾਲੋਂ ਵੀ ਇਦੋਂ ਵੀ ਗਾਂਹ ਕਹਿੰਦੇ ਹਾਂ ਸੰਯੁਕਤ, ਮਤਲਬ ਜਿਹੜੇ 32 ਕਿਸਾਨ ਜਥੇਬੰਦੀਆਂ, ਬਈ ਜਿਵੇਂ ਕਾਲੇ ਕਾਨੂੰਨਾਂ ਦੇ ਖਿਲਾਫ਼ ਆਪਾਂ ਸਾਰੇ ਭਾਰਤ ਵਾਸੀ ਇਕੱਠੇ ਹੋ ਗਏ, ਐਂ ਹੋਰ ਸਟੇਟਾਂ ਦੇ ਵਿੱਚ ਵੀ ਮਤਲਬ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਆਪਾਂ ਸਾਰਿਆਂ ਨੂੰ ਮਤਲਬ ਇਕੱਠੇ ਕਰਕੇ ਠੀਕ ਹੈ ਬੰਦੀ ਸਿੱਖ ਵੀ ਰਿਹਾਅ ਕਰਾਉਣੇ ਚਾਹੀਦੇ ਆ, ਪਰ ਦੂਜੇ ਲੋਕ ਵੀ ਕਿਉਂ, ਜੇ ਮੁਸਲਮਾਨ ਹੈ ਕੋਈ ਉਹ ਜੇਲ੍ਹ 'ਚ ਕਿਉਂ ਸੜੇ ਬਈ, ਜੇ ਕੋਈ ਕਲਮਕਾਰ ਹੈ ਪੱਤਰਕਾਰ ਆ ਉਹ ਜੇਲ੍ਹ 'ਚ ਕਿਉਂ ਸੜੇ, ਆਪਾਂ ਸਾਰਿਆਂ ਖਾਤਰ ਹੀ ਸਾਂਝਾ ਮਤਲਬ ਮੋਰਚਾ ਲਾ ਲਈਏ, ਸਾਡਾ ਤਾਂ ਇੱਥੋਂ ਤੱਕ ਵਿਚਾਰ ਆ। ਫਿਰ ਵੀ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਕਿਉਂਕਿ ਉਹ ਸਜ਼ਾ ਪੂਰੀ ਕਰ ਚੁੱਕੇ ਆ ਉਹਦੀ। ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲ ਕਰਨ। ਤਾਂ ਇਹ ਸਨ ਮਨਜੀਤ ਸਿੰਘ ਧਨੇਰ, ਜਿਹੜੇ ਕਿ ਹੁਣ ਭਾਰਤੀ ਕਿਸਾਨ ਏਕਤਾ ਡਕਾਉਂਦਾ ਦੇ ਜਿਹੜੇ ਪ੍ਰਧਾਨ ਨੇ। ਤਾਂ ਇਹ ਸਾਰੀਆਂ ਗੱਲਾਂ ਦੇ ਵਿੱਚ ਪ੍ਰਧਾਨ ਜੀ ਨੇ ਗੱਲ ਕਿਹਾ ਕਿ ਇੱਕ ਡਿਕਟੇਟਰ ਦੀ ਤਰ੍ਹਾਂ ਬੂਟਾ ਸਿੰਘ ਬੁਰਜਗਿੱਲ ਨੇ ਸਾਨੂੰ ਬਾਹਰ ਕੀਤਾ ਗਾ, ਉਸ ਤੋਂ ਬਾਅਦ ਲੋਕਾਂ ਦੇ ਇਕੱਠ ਨੇ ਸਾਨੂੰ ਪ੍ਰਧਾਨ ਬਣਾਇਆ ਸੀ, ਆਪਣੀ ਮਰਜ਼ੀ ਦੇ ਨਾਲ ਪ੍ਰਧਾਨ ਨਹੀਂ ਬਣੇ, ਹੁਣ ਸਾਡੇ ਕੰਮ ਦੱਸਣਗੇ ਕਿ ਲੋਕਾਂ ਨੇ ਪ੍ਰਧਾਨ ਕਿਸ ਨੂੰ ਮੰਨਾਂਗਾ। ਤੁਸੀਂ ਜੁੜੇ ਰਹੋ ਸਰਕਾਰ ਮੀਡੀਆ ਦੇ ਨਾਲ, ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਰਣਜੀਤ ਸਿੰਘ, ਚੰਗੀਆਂ ਨਾਲ।